ਵਿਕਰਮ ਮਜੀਠੀਆ ਨੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਕਿਹਾ ਕਿ ਸਰਕਾਰ ਹੁਣ ਹਾਰ ਦਾ ਠੀਕਰਾ ਅਫਸਰਾਂ ਤੇ ਭੰਨ ਰਹੀ ਹੈ। ਇਲਜ਼ਾਮ ਲਾਇਆ ਕਿ ਸਰਕਾਰ ਹਰ ਮੁੱਦੇ ਤੇ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਅਤੇ ਅਫਸਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ। ਅਜਿਹੇ 'ਚ ਉਹਨਾਂ ਚੋਣ ਕਮਿਸ਼ਨ ਨੂੰ ਵੀ ਨੋਟਿਸ ਲੈਣ ਦੀ ਅਪੀਲ ਕੀਤੀ। ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ, ਜਿਹੜੇ ਹੁਣੇ ਮੈਂਬਰ ਪਾਰਲੀਮੈਂਟ ਬਣੇ ਨੇ ਬਲਵਿੰਦਰ ਕੰਗ, ਉਹਨਾਂ ਨੇ ਆਪਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13-0 ਸਕੋਰ ਹੋ, ਉਹਦਾ 13-0 ਦੀ ਜਗ੍ਹਾ 3 ਸੀਟਾਂ 'ਤੇ ਸਿਮਟ ਕੇ ਰਹਿ ਗਏ ਔਰ 3 ਸੀਟਾਂ 'ਚ ਵੀ ਕੋਈ ਲੀਡ ਇਹਨਾਂ ਦੀ ਐਡੀ ਵੱਡੀ ਨਹੀਂ। ਉਹ ਅੱਜ ਕਹਿ ਰਿਹਾ ਕਿ ਲੀਡਿੰਗ ਇੰਗਲਿਸ਼ ਨਿਊਜ਼ ਪੇਪਰ 'ਚ ਕਿ ਸਾਡੀ ਹਾਰ ਦਾ ਕਾਰਨ ਅਫਸਰਸ਼ਾਹੀ ਬਣੀ। ਸਾਧ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਮਤਲਬ ਕਿ ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ, ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ, ਕਾਰਗੁਜ਼ਾਰੀ 0, ਹਰ ਵਰਗ ਚਾਹੇ ਮੁਲਾਜ਼ਮ ਹੈ, ਨੌਜਵਾਨ ਹੈ, ਦੁਕਾਨਦਾਰ ਹੈ, ਵਪਾਰੀ ਹੈ, ਹਰ ਵਰਗ ਦੁਖੀ, ਕਿਸਾਨ ਹੈ, ਹਰ ਵਰਗ ਦੁਖੀ। ਕਹਿੰਦੇ ਜੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਸੀ, ਮਗਰ ਸਰਕਾਰ ਆਪਣੀ ਕਾਰਗੁਜ਼ਾਰੀ 'ਤੇ ਵੋਟ ਨਹੀਂ ਮੰਗ ਰਹੀ। ਕਹਿੰਦਾ ਜੀ ਸਾਨੂੰ ਬਿਊਰੋਕਰੇਸੀ ਨੇ, ਅਫਸਰਸ਼ਾਹੀ ਨੇ ਮਰਵਾ ਤੇ ਫਿਰ ਇਹ ਤਾਂ ਸਿੱਧਾ ਹੀ ਮੰਨਣਾ ਹੋ ਗਿਆ ਕੰਗ ਸਾਹਿਬ ਕਿ ਤੁਸੀਂ ਅਫਸਰਸ਼ਾਹੀ ਦੀ ਮਦਦ ਭਾਲਦੇ ਸੀ। ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ, ਆ ਬਾਈ ਇਲੈਕਸ਼ਨ ਆਈ ਹੈ, ਇਹ ਅਫਸਰਸ਼ਾਹੀ 'ਤੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਹਨਾਂ ਨੇ ਹਰ ਤਰੀਕੇ ਦਾ ਹੱਥਕੰਡਾ ਅਪਣਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ। ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਅਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਨਹੀਂ, ਉਹਦੀ ਪਾਲਿਸੀ ਨਹੀਂ, ਮਗਰ ਅਫਸਰ ਬਣਨਾ ਬਣ ਤੁਹਾਡੀ ਜਿੱਤ ਦਾ ਕਾਰਨ ਬਾਈ ਇਲੈਕਸ਼ਨ 'ਚ ਜੇ ਜਿੱਤ ਹੁੰਦੀ ਹੈ। ਮਗਰ ਅੱਜ ਇਲੈਕਸ਼ਨ ਕਮਿਸ਼ਨ ਸ਼ੁੱਡ ਟੇਕ ਸੀਰੀਅਸ ਨੋਟਿਸ ਕਿ ਅਫਸਰਸ਼ਾਹੀ ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ 'ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ। ਔਰ ਕਮਾਲ ਦੀ ਗੱਲ ਹੈ, 2.5 ਸਾਲ ਦੀ ਤੁਹਾਡੀ ਸਰਕਾਰ ਹੈ, ਅਫਸਰ ਜੇ ਤੁਹਾਡੇ ਅੱਖ ਹੀ ਨਹੀਂ ਲੱਗਦੇ ਅਤੇ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਵੀ ਤੁਹਾਡੇ ਵਰਗੇ ਨਿਕੰਮੇ ਬੰਦਿਆਂ ਨੇ ਅੱਖ ਹੀ ਲੱਗ ਕੇ ਪੰਜਾਬ ਦਾ ਬੇੜਾ ਗਰਕ ਕਰਾਉਣਾ।